ਭਾਰਤ ਤੇ ਕੈਨੇਡਾ ਦੇ ਰਿਸ਼ਤੇ ਲਗਾਤਾਰ ਵਿਗੜਦੇ ਹੋਏ ਨਜ਼ਰ ਆ ਰਹੇ ਪਰ ਅੱਜ ਉਹਨਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਸੋਚਿਆ ਕਿ ਕੈਨੇਡਾ ਜਾਵਾਂਗੇ ਤੇ ਕੰਮ ਕਾਈ ਕਰਾਂਗੇ ਜਾਂ ਪੜ੍ਹਾਈ ਕਰਾਂਗੇ ਇਸ ਤਰ੍ਹਾਂ ਦੇ ਕਾਫੀ ਵਿਦਿਆਰਥੀ ਜਿਹੜੇ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਸ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਅਧਿਆਪਕ ਹੈ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਅਧਿਆਪਕ ਨੇ ਹੀ ਸਾਰਾ ਕੁਝ ਆਪਣੇ ਬੱਚਿਆਂ ਨੂੰ ਦੱਸਣਾ ਹੁੰਦਾ ਹੈ ਤੇ ਜਿਸ ਤਰ੍ਹਾਂ ਦੇ ਹਾਲਾਤ ਵਿਗੜ ਰਹੇ ਉਸ ਬਾਰੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਤੁਸੀਂ ਦੇਖੋ ਜਦੋਂ ਸਾਨੂੰ ਆਪਣੀ ਕੰਟਰੀ ਦੇ ਵਿੱਚ ਕੋਈ ਜੌਬ ਨਹੀਂ ਮਿਲਦੀ ਤੇ ਫਿਰ ਅਸੀਂ ਡੈਫੀਨੇਟਲੀ ਕੋਈ ਨਾ ਕੋਈ ਨਵਾਂ ਐਵੀਨਿਊ ਲੱਭਦੇ ਹਾਂ ਕੈਨੇਡਾ ਇੱਕ ਐਵੀਨਿਊ ਬਣ ਗਿਆ ਸੀ ਬੱਚਿਆਂ ਦਾ ਜਿੱਥੇ ਜਾ ਕੇ ਉਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ ਵਧੀਆ ਸੈਟਲ ਹੋ ਗਏ ਤੇ ਮੇਰਾ ਪ੍ਰਚਾਰ ਹਮੇਸ਼ਾ ਤੁਸੀਂ ਪਿਛਲੇ 15-16 ਸਾਲ ਦੇਖਿਆ ਪਲੱਸ ਟੂ ਤੋਂ ਬਾਅਦ ਜਾਣਾ ਮਾੜਾ ਗ੍ਰੈਜੂਏਸ਼ਨ ਦੇ ਬਾਅਦ ਜਾਓਗੇ ਤਾਂ ਜ਼ਿਆਦਾ ਵਧੀਆ ਰਹੇ ਹੁਣ ਜੋ ਹਾਲਾਤ ਉੱਥੇ ਬਣੇ ਨੇ ਤੁਸੀਂ ਦੇਖਦੇ ਹੋ ਪਿੰਡ ਦੇ ਪਿੰਡ ਥੱਲੀ ਨੇ ਮਾਂ ਪਿਓ ਇੱਥੇ ਨੇ ਬੱਚੇ ਉੱਥੇ ਨੇ ਮਤਲਬ ਕਿਤੇ ਨਾ ਕਿਤੇ ਸਾਡਾ ਰਿਸ਼ਤਾ ਬਣ ਚੁੱਕਾ ਕੈਨੇਡਾ ਦਾ ਬੜਾ ਸਟਰੋਂਗ ਠੀਕ ਹੈ ਜੀ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਟਰੂਡੋ ਸਾਹਿਬ ਨੇ ਜਿਹੜਾ ਉੱਥੇ ਜਾ ਕੇ ਇੱਕ ਵੋਟ ਬੈਂਕ ਨੂੰ ਪ੍ਰੋਟੈਕਟ ਕਰਨ ਲਈ ਇੱਕ ਬਿਆਨ ਦੇ ਦਿੱਤਾ ਬੜਾ ਹੀ ਗੈਰ ਜ਼ਿੰਮੇਦਾਰਾਨਾ ਬਰਾ ਉਹਨੇ ਕਿੱਡਾ ਜ਼ਬਰਦਸਤ ਡੈਂਟ ਕੈਨੇਡਾ ਉੱਤੇ ਪਾਇਆ ਇੰਡੀਆ ਨੂੰ ਕੋਈ ਫਰਕ ਨਹੀਂ ਪੈਣਾ ਮੈਂ ਫਿਰ ਦੱਸ ਦਿਆਂ ਈਵਨ ਪੈਂਟਾਗਨ ਤੋਂ ਇੱਕ ਬਿਆਨ ਜਾਰੀ ਹੁੰਦਾ ਹੈ ਮਿਸਟਰ ਮਾਈਕਲ ਰੂਬਿਨ ਦਾ ਕਿ ਕੈਨੇਡਾ ਇੱਕ ਕੀੜਾ ਇੰਡੀਆ ਇੱਕ ਹਾਥੀ ਅੱਜ ਲੋਕਾਂ ਨੂੰ ਇੰਡੀਆ ਹਾਥੀ ਕਿਉਂ ਲੱਗ ਰਿਹਾ ਕਿਉਂਕਿ ਇੰਡੀਆ ਗਰੋ ਕਰ ਰਿਹਾ 8% ਤੇ ਐਂਡ ਦੇ ਆਰ ਗਰੋਇੰਗ ਐਟ 0.1 or 2% ਦੇ ਗਰੋਥ ਇਸ ਟੋਟਲੀ ਡਾਊਨ ਇਟ ਮੀਨਸ ਦੇਰ ਇਜ਼ ਨੋ ਜਨਰੇਸ਼ਨ ਆਫ ਐਮਪਲੋਇਮੈਂਟ ਇਜ਼ ਦੇਰ ਦੇਰ ਇਜ਼ ਨੋ ਜਨਰੇਸ਼ਨ ਆਫ ਪ੍ਰੋਡਕਟ ਇਜ਼ ਦੇਰ ਜੀਡੀਪੀ ਉਹਨਾਂ ਦੀ ਬਹੁਤ ਸ਼ੈਟਰਡ ਹੈ ਸੋ ਮੇਰਾ ਕਹਿਣ ਦਾ ਭਾਵ ਹੈ ਕੈਨੇਡਾ ਨੂੰ ਬੜਾ ਸੋਚ ਸਮਝ ਕੇ ਸਟੈਪ ਲੈਣਾ ਚਾਹੀਦਾ ਇਹ ਨਾ ਹੋਵੇ ਉਹਦਾ ਵਪਾਰ ਹੀ ਬੰਦ ਹੋ ਜਾਵੇ ਤੁਸੀਂ ਦੇਖਿਆ ਮਹਿੰਦਰਾ ਨੇ ਆਪਣੀ ਕੰਪਨੀ ਬੰਦ ਕਰ ਲਈ ਉੱਥੇ ਕੱਲ ਪਰਸੋਂ JWS ਹੈ JSW ਹੈ ਉਹ ਵੀ ਆਪਣੀ ਕੰਪਨੀ ਉੱਥੋਂ ਜਿਹੜਾ ਕਿ ਕਗਾਰ ਕਰ ਰਹੇ ਸੀ ਉਹ ਵੀ ਬੰਦ ਕਰ ਰਹੇ ਨੇ ਸੋ ਇਟਸ ਅ ਬਿਗ ਇਕਨੋਮਿਕ ਲੌਸ ਟੂ ਕੈਨੇਡਾ ਆਲਰੇਡੀ ਗਰੋਸਰੀ ਦੇ ਪ੍ਰਾਈਸ ਰਹਿਣ ਨੂੰ ਤੇ ਕਮਰੇ ਨਹੀਂ ਮਿਲ ਰਹੇ ਬੱਚੇ ਟੈਂਟਾਂ 'ਚ ਰਹਿ ਰਹੇ ਨੇ ਹੈ ਨਾ ਜੀ ਜੇ ਇੱਕ ਨੇ ਸਾਡੇ ਪੰਜਾਬੀਆਂ ਦੇ ਇੱਕ ਮੰਕੀ ਹੈਬਿਟ ਆ ਜੋ ਇੱਕ ਨੇ ਕਰ ਲਿਆ ਦੂਜਾ ਵੀ ਉਹੀ ਕਰਦਾ ਬਸ ਦਿਸ ਦਾ ਰੈਟ ਰੇਸ ਸੀ ਹੈ ਨਾ ਮੈਂ ਅੱਜ ਤੱਕ ਮੇਰੇ ਤੋਂ 15 ਸਾਲ ਪਹਿਲਾਂ ਦੇ ਬੱਚੇ ਉੱਥੇ ਗਏ ਨੇ ਮੈਂ ਨਹੀਂ ਸਾਈਕਲ ਦੇਖੇ ਅੱਜ ਤੱਕ ਹੈ ਨਾ ਸੋ ਮੇਰਾ ਕਹਿਣ ਦਾ ਭਾਵ ਹੈ ਇੱਕ ਪ੍ਰੋਪਰ ਵੇ ਨਾਲ ਜਾਣਾ ਚੰਗਾ ਤੁਸੀਂ ਇਹ ਲੌਜੀਕਲ ਵੇ ਨਾਲ ਕਿ ਮੈਂ ਬਸ ਪਲੱਸ ਟੂ ਕਰ ਲਈ ਤਾਂ ਜਾ ਕੇ ਉੱਥੇ ਜਾ ਕੇ ਸੈੱਟ ਹੋ ਜਾਂਗਾ ਇਟਸ ਵੈਰੀ ਡਿਫੀਕਲਟ ਉਹ 4 ਗੁਣਾ ਵੱਧ ਫੀਸ ਲੈਂਦੇ ਸਾਡੇ ਬੱਚੇ 68,000 ਕਰੋੜ ਰੁਪਇਆ ਸਾਡੇ ਤੋਂ ਕਮਾਇਆ ਉਹਨਾਂ ਕਈ ਬਿਲੀਅਨ ਤੋਂ ਕਮਾ ਰਹੇ ਹੈ ਨਾ ਜੀ ਆਪਣੇ ਬੱਚੇ ਤੋਂ 1,000 ਰੁਪਇਆ ਲੈਂਦੇ ਸਾਡਿਆਂ ਤੋਂ 10,000 ਲੈਂਦੇ ਠੀਕ ਹੈ ਜੀ ਉਹਨਾਂ ਦੀ ਇਕਨੋਮੀ ਸਾਡੇ ਤੇ ਖੜੀ ਹੈ ਹਾਊ ਦੇ ਆਰ ਰਨਿੰਗ ਨਥਿੰਗ ਅਦਰ ਸੈਕਟਰ ਇਜ਼ ਦੇਅਰ ਫਿਰ ਵੀ ਭਾਰਤ ਨੂੰ ਮੁੱਖਾ ਦਿਖਾ ਰਹੇ ਇਹ ਬੇਵਕੂਫੀ ਹੈ ਜੀ ਮੈਂ ਤਾਂ ਹੀ ਦੱਸ ਰਿਹਾ ਤੁਸੀਂ ਅੱਜ 2025 ਤੋਂ ਉੱਥੇ ਇਲੈਕਸ਼ਨ ਤੁਸੀਂ ਆਪੋਜੀਸ਼ਨ ਨੂੰ ਪੂਰਾ ਘੇਰਿਆ ਹੋਇਆ ਇਸ ਟਾਈਮ ਠੀਕ ਹੈ ਜੀ ਇਹ ਟਰੂਡੋ ਦਾ ਸਾਈਨ ਹੈ ਉਹ ਇੱਥੋਂ ਜਾ ਰਿਹਾ ਹੈ ਉਹ ਵਾਪਸ ਉਹਦੀ ਲਿਬਰਲ ਪਾਰਟੀ ਇਜ਼ ਨਾਟ ਗੋਇੰਗ ਟੂ ਰਿਪੀਟ ਡੈਫੀਨੇਟਲੀ ਕੰਜ਼ਰਵੇਟਿਵ ਪਾਰਟੀ ਇਜ਼ ਗੋਇੰਗ ਟੂ ਕਮ ਦੇਅਰ ਸੋ ਇਹ ਟਰੂਡੋ ਦਾ ਫੇਲਿਅਰ ਹੈ ਜਿਹੜਾ ਉਹ ਇਦਾਂ ਦੇ ਕੰਮ ਕਰ ਰਿਹਾ ਹਿੰਦੁਸਤਾਨ ਦਾ ਸਟੈਂਡ ਸਖਤ ਹੈ ਮੈਂ ਗੱਲ ਦੱਸ ਰਿਹਾ ਜੋ ਮਰਜ਼ੀ ਹੈ ਮੋਦੀ ਰੀਜਨ ਦੇ ਵਿੱਚ ਇੰਡੀਆ ਦਾ ਇੰਟਰਨੈਸ਼ਨਲ ਜਿਹੜਾ ਇੱਕ ਸਟੈਂਡ ਬੜਾ ਜ਼ਬਰਦਸਤ ਹੈ ਦੈਟ ਮੇ ਬੀ ਟੂ ਐਨੀ ਕੰਟਰੀ ਬਿਲਕੁਲ ਪਰ ਤੁਹਾਡੇ ਕੋਲ ਵੀ ਕਾਫੀ ਬੱਚੇ ਆਉਂਦੇ ਆ ਕਿ ਉਹਨਾਂ ਨੂੰ ਫਿਰ ਸਮਝਾਇਆ ਜਾਂਦਾ ਹੈ ਕੀ ਦੱਸਿਆ ਜਾਂਦਾ ਦੇਖੋ ਜੀ ਮੈਨੂੰ ਮੈਂ ਇੱਕ ਪੋਜ਼ਿਟਿਵ ਚੀਜ਼ ਕਹਿਣਾ ਚਾਹੂੰਗਾ ਬੱਚਿਆਂ ਨੂੰ ਇੰਨੀ ਦੇਰ ਇਹ ਸਟੇਟ ਰਿਲੇਸ਼ਨ ਚੱਲ ਨਹੀਂ ਸਕਦਾ ਕੈਨੇਡਾ ਹੈਜ਼ ਟੂ ਇਸ਼ੂ ਦਾ ਵੀਜ਼ਾ ਤੇ ਬਟ ਤੁਸੀਂ ਬੜੇ ਪ੍ਰੋਪਰ ਵੇ ਜੋ ਪੀਅਰ ਸਿਸਟਮ ਹੈ ਤੁਸੀਂ ਉਹ ਨਾਲ ਜਾਓਗੇ ਤਾਂ ਜ਼ਿਆਦਾ ਬੈਟਰ ਹੋਊਗਾ ਮੈਨੂੰ ਇਹੀ ਲੱਗਦਾ ਕਿਉਂਕਿ ਇੱਕ ਤਾਂ ਤੁਹਾਡੇ ਪੇਰੈਂਟਸ ਦੇ ਪ੍ਰੈਸ਼ਰ ਨਹੀਂ ਪੈਂਦਾ ਦੂਜਾ ਤੁਹਾਡੇ ਆਪਣੇ ਦੇ ਪ੍ਰੈਸ਼ਰ ਨਹੀਂ ਪੈਂਦਾ ਕਿਉਂਕਿ ਬੜੇ ਘੱਟ ਚ ਤੁਹਾਨੂੰ ਪੀਅਰ ਮਿਲ ਜਾਂਦੀ ਪੁਆਇੰਟ ਬੇਸ ਤੇ ਇੱਕ ਵਧੀਆ ਸਿਸਟਮ ਹੈ ਤੇ ਉਹ ਸਿਸਟਮ ਨਾਲ ਤੁਸੀਂ ਜੇ ਬਾਹਰ ਜਾਓਗੇ ਤਾਂ ਬੜੀ ਤਰੱਕੀ ਕਰ ਸਕਦੇ ਹੋ ਮੈਂ ਇਹ ਕਹਿ ਸਕਦਾ ਵਿਦਿਆਰਥੀਆਂ ਦੇ ਨਾਲ ਵੀ ਮਜ਼ਬੂਤ ਦੇ ਗੱਲਬਾਤ ਕਰਾਂਗੇ ਕੀ ਨਾਂ ਕੀ ਦਿੱਤਾ ਜੀ ਮਾਦਾ ਜੀ ਕਿੰਨਾ ਸਮੇਂ ਹੋ ਗਿਆ ਇਸ ਕਰ ਕੀ ਸੋਚਿਆ ਤੇਰੇ ਕੰਮ ਦੇ ਪੜ ਤੱਕ ਪਰ ਕੈਨੇਡਾ ਦੇ ਕਿਉਂ ਸੋਚਿਆ ਹੋਰ ਕਿਸੇ ਕੰਟਰੀ ਦਾ ਕਿਉਂ ਨਹੀਂ ਸੋਚਿਆ ਸਰ ਵਹਾਂ ਪੇ ਇਹ ਹੈ ਕਿ ਪਹਿਲੇ ਜੋ ਰਿਲੇਟਿਵਸ ਗਏ ਹੈ ਉਹ ਕਹਤੇ ਮਨ ਪਾਸ ਆ ਜੋ ਉਧਰ ਜੋ ਫੈਮਿਲੀ ਜੋ ਉਹ ਵੀ ਥੋੜਾ ਲੋਟਾ ਹੈ ਕਿ ਹਾਂ ਮਾਰਾ ਬੱਚਾ ਸੀ ਉਹਨੇਗਾ ਉਧਰ ਜਾ ਕੇ ਕੁਝ ਸੰਭਾਲ ਲਿਆ ਹੈ ਜੇ ਹਾਲਾਤ ਜ਼ਿਆਦਾ ਵਿਗੜਦੇ ਫਿਰ ਕਿਸੇ ਹੋਰ ਕੰਟਰੀ ਦਾ ਨਹੀਂ ਸੋਚਿਆ ਡੈਫੀਨੇਟਲੀ ਸੋਚਣ ਦਾ ਬੜੇ ਵਾਅਦੇ ਤੇ ਹੈ ਵੀ ਐਸੇ ਉਹ ਸੋਚਿਆ ਤਾਂ ਉਧਰ ਕਰ ਖਾ ਕੇ ਵੀ ਉਧਰ ਹੈ ਰਿਲੇਟਿਵਸ ਕੀ ਨਾਂ ਜੀ ਤੁਹਾਡਾ ਮੈਂ ਇਹ ਨਹੀਂ ਸੁਣੀ
ਕਿੰਨਾ ਸਮੇਂ ਹੋ ਗਿਆ ਤੁਹਾਨੂੰ ਐਡਜਸਟ ਕਰਨ ਨੂੰ? ਮੈਨੂੰ ਵੀ ਨਹੀਂ ਹੋਇਆ ਜੀ, ਇੱਕ ਮਹੀਨਾ। ਕਿਹੜੀ ਕੰਟਰੀ ਵਿੱਚ ਜਾਣਾ ਸੋਚਿਆ? ਕੈਨੇਡਾ ਦਾ ਸੋਚਿਆ ਸੀਗਾ, ਬਾਕੀ ਦੂਸਰੀ ਕੰਟਰੀ ਦਾ ਵੀ ਸੋਚਣਾ ਪਏਗਾ ਮੈਨੂੰ ਹਿਸਾਬ ਦੇ ਹਿਸਾਬ ਨਾਲ। ਦੂਸਰੀ ਕਿਹੜੀ ਕੰਟਰੀ 'ਚ ਜਾਣਾ ਪਸੰਦ? ਯੂਕੇ। ਅਤੇ ਜ਼ਿਆਦਾ ਤੁਹਾਡੇ ਰਿਲੇਟਿਵ ਕਿਹੜੀ ਕੰਟਰੀ ਦੇ ਵਿੱਚ? ਕੈਨੇਡਾ ਦੇ ਵਿੱਚ। ਇਸੇ ਕਰਕੇ ਸੋਚਿਆ ਵੀ ਮੈਂ ਕੈਨੇਡਾ ਹੀ ਜਾਣਾ। ਹਾਂਜੀ। ਪਰ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਨਜ਼ਰ ਆ ਰਹੇ, ਉਸ ਨੂੰ ਕਿਸ ਤਰ੍ਹਾਂ ਦੇਖੋਗੇ? ਸਰ, ਗੌਰਮੈਂਟ ਨੂੰ ਕਰਨਾ ਚਾਹੀਦਾ ਕੁਝ, ਕਿਉਂਕਿ ਵੀਜ਼ੇ ਖੋਲ੍ਹਣੇ ਚਾਹੀਦੇ ਆ। ਕਿਉਂਕਿ ਵੀਜ਼ੇ ਤਾਂ ਬੰਦ ਹੋਏ ਨਹੀਂ ਹੈ। ਬਿਲਕੁਲ। ਹੋਰ ਵੀ ਵਿਦਿਆਰਥੀ ਸਾਡੇ ਨਾਲ ਮੌਜੂਦ, ਉਹਨਾਂ ਦਾ ਗੱਲ ਕਰਦੇ। ਆ ਜਾਓ ਮੈਡਮ। ਕਿਤੇ ਨਾ ਕਿਤੇ ਹਰ ਇੱਕ ਬੱਚੇ ਦੇ ਮਨ ਦੇ ਵਿੱਚ ਹੁੰਦਾ ਕਿ ਮੈਂ ਕੈਨੇਡਾ ਹੀ ਜਾਣਾ ਹੈ, ਕਿਉਂਕਿ ਉਹਨਾਂ ਦੇ ਪਰਿਵਾਰਿਕ ਮੈਂਬਰ ਜਾਂ ਹੋਰ ਉਹਨਾਂ ਦੇ ਦੋਸਤ ਫਰੈਂਡ ਸਾਰੇ ਉੱਥੇ ਪਹਿਲੇ ਹੀ ਆਲਰੇਡੀ ਪਹੁੰਚੇ ਹੋਏ ਨੇ। ਤੁਹਾਡਾ ਕੀ ਨਾਮ? ਰਾਧਾ। ਕਿੰਨਾ ਸਮੇਂ ਹੋ ਗਿਆ ਐਡਜਸਟ ਕਰਨ? 3 ਮਹੀਨੇ। ਤੁਸੀਂ ਵੀ ਕੈਨੇਡਾ ਜਾਣ ਦਾ ਸੋਚੋ? ਨਹੀਂ। ਤੁਸੀਂ ਕਿੱਥੋਂ ਦਾ ਸੋਚੋ? ਕਿਉਂਕਿ ਵਹਾਂ ਪੇ ਕੈਨੇਡਾ ਮੇਂ ਜੌਬ ਅਪਰਚੁਨਿਟੀਜ਼ ਨਹੀਂ ਹੈ, ਔਰ ਵੈਸੇ ਵੀ ਵਹਾਂ ਪੇ ਬਹੁਤ ਜ਼ਿਆਦਾ ਪ੍ਰੋਬਲਮਸ ਕ੍ਰੀਏਟ ਹੋਤੀ ਹੈ। ਲਾਈਕ ਜੌਬ, ਅਗਰ ਜੌਬਸ ਹੀ ਨਹੀਂ ਹੈ ਤਾਂ ਲੋਨਸ ਜੋ ਹਮ ਲੈ ਕੇ ਜਾ ਰਹੇ ਹਾਂ ਤਾਂ ਉਹ ਕੈਸੇ ਰਿਕਵਰ ਹੋਣਗੇ? ਹਮ ਯਹਾਂ ਸੇ ਉਮੀਦ ਲੈ ਕੇ ਜਾ ਰਹੇ ਹਾਂ ਵਹਾਂ ਪੇ ਜਾਤੀ ਹੈ ਹਮੇਂ ਜੌਬ ਮਿਲ ਜਾਏਗੀ। ਇਟਸ ਨੋਟ ਪੋਸੀਬਲ। ਲਾਈਨਸ ਲੱਗੀ ਹੋਤੀ ਹੈ ਜੌਬਸ ਕੇ ਲੀਏ, ਜੌਬਸ ਨਹੀਂ ਹੈ ਤਾਂ ਵਹਾਂ ਪੇ ਜਾ ਕੇ ਕਿਆ ਕਰੇਂਗੇ ਹਮ? ਜ਼ਿਆਦਾਤਰ ਤੁਹਾਡੇ ਸਾਥੀ ਕਹਿ ਰਹੇ ਅਸੀਂ ਜਾਣਾ ਹੀ ਕੈਨੇਡਾ, ਚਾਹੇ ਜੋ ਮਰਜ਼ੀ ਹੋ। ਨਹੀਂ, ਆਈ ਡੋਂਟ ਥਿੰਕ ਸੋ। ਮੇਰੀ ਥੋੜ੍ਹੀ ਥਿੰਕਿੰਗ ਅਲੱਗ ਹੈ, ਕਿਉਂਕਿ ਹਮ ਜੌਬ ਕੇ ਲੀਏ ਜਾਤੇ ਹੈ, ਹਮ ਅਰਨਿੰਗ ਕਰਨੇ ਕੇ ਲੀਏ ਜਾਤੇ ਹੈ, ਅਗਰ ਹਮ ਅਦਰ ਕੰਟਰੀ ਕੇ ਲੀਏ ਜਾ ਰਹੇ ਹੈ ਕਿਉਂਕਿ ਵਹਾਂ ਕਾ ਪੇ ਸਕੇਲ ਜ਼ਿਆਦਾ ਹੈ। ਸੋ ਅਕੋਰਡਿੰਗ ਟੂ ਮੀ ਆਸਟ੍ਰੇਲੀਆ ਇਜ਼ ਦਾ ਬੈਸਟ, ਬਿਕੋਜ਼ ਵਹਾਂ ਪੇ ਜੌਬ ਓਪਰਚੁਨਿਟੀ ਜ਼ਿਆਦਾ ਹੈ, ਵਹਾਂ ਪੇ ਸਕੇਲ ਵੀ ਪੇ ਸਕੇਲ ਵੀ ਜ਼ਿਆਦਾ ਹੈ। ਅਗਰ ਹਮ ਲੋਨ ਲੈ ਕੇ ਜਾਤੇ ਹੈ ਤਾਂ ਵਹਾਂ ਪੇ ਵਿਦ ਇਨ 1 ਈਅਰ ਜਾਂ ਕੁਛ ਸਾਲੋਂ ਕਾ ਹੀ ਗੈਪ ਪੜਤਾ ਹੈ, ਫਿਰ ਹਮ ਕਵਰ ਕਰ ਲੈਂਦੇ ਹਾਂ। ਤੁਸੀਂ ਕੀ ਸੋਚਿਆ ਮੈਡਮ, ਕਿਹੜੀ ਕੰਟਰੀ 'ਚ ਜਾਣਾ ਤੁਸੀਂ ਪਸੰਦ ਕਰੋ? ਐਕਚੁਲੀ ਅਗਰ ਓਪਰਚੁਨਿਟੀਜ਼ ਦੇਖਣ ਵਾਲੇ ਤਾਂ ਆਸਟ੍ਰੇਲੀਆ 'ਚ ਜ਼ਿਆਦਾ, ਔਰ ਅਦਰਵਾਈਜ਼ ਇੰਡੀਆ ਇਜ਼ ਬੈਸਟ। ਅਗਰ ਬੱਚਾ ਵਹਾਂ ਪੇ ਓਪਰਚੁਨਿਟੀਜ਼ ਨਹੀਂ ਹੈ ਤਾਂ ਵਹਾਂ ਪੇ ਉਹ ਥੋੜ੍ਹਾ ਸਾ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਉਸਕੇ ਲੀਏ, ਤੋ ਮੇਰੇ ਅਕੋਰਡਿੰਗ ਉਸਕੋ ਇੰਡੀਆ ਮੇਂ ਹੀ ਓਪਰਚੁਨਿਟੀਜ਼ ਮਿਲ ਸਕਤੀ ਹੈ। ਯਹਾਂ ਪੇ ਬਹੁਤ ਕੁਛ ਹੈ, ਹਮਾਰਾ ਇੰਡੀਆ ਸਬਸੇ ਬੈਟਰ ਹੈ। ਪਰ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਆ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਹਾਲਾਤ ਤੋਂ ਦੇਖੋ, ਅਭੀ ਤੱਕ ਤਾਂ ਪ੍ਰੋਬਲਮਸ ਹੈ ਨਹੀਂ ਹੈ, ਪਰ ਐਸਾ ਹੈ ਨਹੀਂ ਹੈ ਕਿ ਐਸੇ ਹੀ ਮਤਲਬ ਪ੍ਰੋਬਲਮ ਰਹੇਗੀ। ਤੋ ਕੁਛ ਨਾ ਕੁਛ ਸੋਲਿਊਸ਼ਨ ਹਰ ਚੀਜ਼ ਦਾ ਹੁੰਦਾ ਹੈ, ਤੋ ਇਹ ਪ੍ਰੋਬਲਮ ਦਾ ਵੀ ਸੋਲਿਊਸ਼ਨ ਜ਼ਰੂਰ ਹੋਗਾ। ਅਗਰ ਸੈਟਲਮੈਂਟ ਹੋ ਜਾਂਦੀ ਹੈ ਤੋ ਦੋਨੋਂ ਕੰਟਰੀਜ਼ ਕੇ ਲੀਏ ਅੱਛਾ ਹੋਗਾ, ਅਦਰਵਾਈਜ਼ ਕ੍ਰੀਏਟ ਤੋਂ ਹੋਣੀ ਰਹੇ। ਬਿਲਕੁਲ ਮੈਡਮ, ਜੇ ਗੱਲ ਕਰੀਏ ਤਾਂ ਤੁਸੀਂ ਵੀ ਕੈਨੇਡਾ ਜਾਣ ਦਾ ਸੋਚਿਆ? ਐਕਚੁਲੀ ਰਿਲੇਟਿਵਸ ਵੀ ਉੱਥੇ ਆ, ਅਤੇ ਵੈਸੇ ਵੀ ਸ਼ੁਰੂ ਤੋਂ ਇਹੀ ਰਿਹਾ ਕਿ ਕੈਨੇਡਾ ਹੀ ਸੈਟਲ ਹੋਣਾ, ਇੱਕ ਇੰਡੀਪੈਂਡੈਂਟ ਹੋਣ ਦੀ ਜਿਹੜਾ ਇੱਕ ਮੇਨ ਹੈ ਉਹ ਕੈਨੇਡਾ। ਮੇਰਾ ਬ੍ਰਦਰ ਜਿਹੜਾ ਉਹ ਕੈਨੇਡਾ ਹੀ ਹੈ, ਕਜ਼ਨ ਬ੍ਰਦਰ ਹੈ ਮੇਰਾ, ਇਸੇ ਚੀਜ਼ ਕਰਕੇ। ਵੈਸੇ ਹਾਲਾਤ ਹਮੇਸ਼ਾ ਲਈ ਤਾਂ ਏਦਾਂ ਨਹੀਂ ਰਹਿਣ ਵਾਲੇ, ਕਿਉਂਕਿ ਕੈਨੇਡਾ ਨੂੰ ਬਹੁਤ ਵੇਟ ਕਰ ਲਓਗੇ ਤੁਸੀਂ। ਵੇਟ, ਪੇਸ਼ੈਂਸ ਜਿਹੜਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਮੈਨੂੰ ਲੱਗਦਾ ਹਰ ਚੀਜ਼ ਲਈ। ਅਤੇ ਕੈਨੇਡਾ ਜਿਹੜਾ ਹੈ ਨਾ, ਉਹਨੂੰ ਪਤਾ ਹੈ ਕਿ ਇੰਡੀਆ ਤੋਂ ਬਿਨਾਂ ਉਹਦਾ ਜਿਹੜਾ ਕੰਮ ਹੈ ਉਹ ਨਹੀਂ ਚੱਲਣਾ, ਇੰਡੀਆ ਤੋਂ ਹੀ ਸਭ ਤੋਂ ਜ਼ਿਆਦਾ ਉਹਨੂੰ ਇਨਕਮ ਗੇਨ ਹੋ ਰਹੀ ਹੈ। ਅਤੇ ਉਸ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਕਿ ਜੇ ਉਹ ਸੋਚੇਗਾ ਕਿ ਨਹੀਂ ਮੈਂ ਇੱਦਾਂ ਕੁਛ ਕਰਾਂਗਾ ਤਾਂ ਸਟੂਡੈਂਟਸ ਨੂੰ ਰੋਕ ਲਾਂਗੇ ਕਿਸੇ ਤਰੀਕੇ ਨਾਲ, ਉਹ ਚੀਜ਼ ਨਹੀਂ ਹੋਣੀ। ਪਰ ਫਿਰ ਵੀ ਭਾਰਤ ਦੇ ਨਾਲ ਉਹਦੀ ਵਿਗੜਦੀ ਨਜ਼ਰ ਆ ਰਹੀ ਹੈ, ਜੇ ਇਨਕਮ ਉਹਨੂੰ ਸਭ ਤੋਂ ਜ਼ਿਆਦਾ ਭਾਰਤ ਤੋਂ। ਇਹ ਤਾਂ ਹੁਣ ਮੈਂ ਐਗਜ਼ੈਕਟ ਇਹਦੇ 'ਤੇ ਕੁਛ ਕਹਿ ਤਾਂ ਨਹੀਂ ਸਕਦੀ, ਬਟ ਇੰਨਾ ਹੀ ਕਹਾਂਗੀ ਕਿ ਹਾਂ ਕੁਛ ਨਾ ਕੁਛ ਹੈ ਜੋ ਆਪਸ ਦੇ ਵਿੱਚੋਂ ਕਰਕੇ ਕਰ ਸਕਦੇ ਆ। ਕਿਉਂਕਿ ਬਿਲਕੁਲ, ਕਾਫੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ, ਇੱਕ ਹੋਰ ਵਿਦਿਆਰਥੀ ਸਾਡੇ ਨਾਲ ਮੌਜੂਦ ਹੈ, ਉਹਨਾਂ ਨਾਲ ਵੀ ਗੱਲਬਾਤ ਕਰਦੇ। ਤੁਸੀਂ ਵੀ ਕੈਨੇਡਾ ਦਾ ਹੀ ਸੋਚਿਆ ਹੋਣਾ? ਜੀ ਸਰ, ਕੈਨੇਡਾ ਹੀ। ਕੀ ਵਜ੍ਹਾ ਕੀ ਹੈ? ਐਕਚੁਅਲੀ ਮੇਰੇ ਸਾਰੇ ਫਰੈਂਡਸ, ਮੇਰਾ ਬ੍ਰਦਰ, ਮੇਰੇ ਫੈਮਿਲੀ ਮੈਂਬਰ ਆਲਮੋਸਟ ਕੈਨੇਡਾ ਹੈ। ਪਰ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਆ, ਕਿਸੇ ਹੋਰ ਕੰਟਰੀ ਬਾਰੇ ਨਹੀਂ ਸੋਚਿਆ ਤੁਸੀਂ? ਅਗਰ ਕੋਈ ਆਪਸ਼ਨ ਲਾਸਟ ਨਾ ਹੋਈ ਦੈਨ ਇਟ ਵਿਲ ਬੀ ਆਸਟ੍ਰੇਲੀਆ, ਫੋਰ ਬਿਕੋਜ਼ ਆਫ ਜੌਬ ਓਪਰਚੁਨਿਟੀਜ਼ ਦੇਅਰ। ਬਾਕੀ ਫਸਟ ਪ੍ਰਾਇੋਰਟੀ ਸਟਿਲ ਕੈਨੇਡਾ ਹੀ ਰਹੇਗੀ ਹਮੇਸ਼ਾ।
तो जिस तरह के हालात बन रहे हैं शायद तुसी तुहानू इस बारे जानकारी होगी उसनु किस तरह देखते हो सर आई थिंक जितना सर ने भी पहला गल की थी कि कनाडा में सबसे मेजर लॉस होएगा क्योंकि कनाडा की इकॉनमी ही इंडियन स्टूडेंट्स से ही डिपेंड करती है जो स्टूडेंट्स उधर स्टडी करने जाते हैं इंटरनेशनल स्टूडेंट्स के सो लॉस सबसे पहला कनाडा में ही होएगा इवन अगर कनाडा वीजा बंद कर दिए स्टूडेंट्स के सो अपन स्टूडेंट्स हम अपन कितने भी और भी वीजा अप्लाई कर सकते हैं बट उतने वीजा बंद हो गए तो उनका सबसे पहला लॉस है जिस तरह वो भारत के नाल इन्हां दे जिहड़े रिलेशन है वो खराब होते जा रहे जे भारत ते कनेडा दे विच तुहानू चुनना पवे ते किस नूं चुनोगे ऑफ कोर्स इंडिया ते भारत ऑब्वियसली इत्थों दे रहे हां इत्थी जम्मे आ पले आ सो भारत नूं चुनांगे कनेडा ने इस बारे की कहना चाहते कि जिस तरह दे वो जान के बयानबाजी करदे रहंदे हैं सर बस यही वर्डिंग होएगी कि उन्हां दा भी लॉस है उन्हां दी गवर्नमेंट दा लॉस है उन्हां दी इकॉनमी दा लॉस है बिल्कुल विद्यार्थियों के नाल भी गलबात की जिस तरह की विद्यार्थियों ने भी कहा साडा जिहड़ा मन है वह भारत दे विच ही है चाहे वह पढ़ाई करन लई जां व्यापार करन लई जां काम काज करन लई कनेडा जाना चाहते हैं पर सब तो पहला सब तो अगे उन्हां दा भारत देश ही है कैमरामैन रेशम के नाल मनवीर सफरवाल फैक्ट न्यूज़।